ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਟੂ ਮੀ ਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਆਪਣੇ ਇਹੋ ਜਿਹੇ ਬਹੁਤ ਸਾਰੇ ਇਹੋ ਜਿਹੇ ਵਿਦਿਆਰਥੀ ਸਗੇ ਜਿਨ੍ਹਾਂ ਦਾ ਰਿਜ਼ਲਟ ਸਗਾ ਫਾਈਨਲ ਇਅਰ ਦਾ ਉਹ ਨਹੀਂ ਆਇਆ ਸੀ ਜਿਹਦੇ ਕਰਕੇ ਜਿਹੜਾ ਉਹ ਆਪਣਾ ਫਾਰਮ ਹੈ ਬੀਆਰਡ ਵਾਲਾ ਪੰਜਾਬ ਬੀਆਰਡ ਦਾ ਜਿਹੜਾ ਫਾਰਮ ਹੈ ਉਹ ਉਸ ਨੂੰ ਕੰਪਲੀਟ ਨਹੀਂ ਕਰ پا ਰਹੇ ਸੀ ਕਿਉਂਕਿ ਜਿਹੜੇ ਫਾਈਨਲ ਇਅਰ ਦੇ ਜਿਹੜੇ ਨੰਬਰ ਹੋਣਗੇ ਉਹ ਇੱਥੇ ਜੋੜਨਗੇ ਤੇ ਉਸ ਤੇ ਆਧਾਰਿਤ ਜਿਹੜੀ ਤੁਹਾਨੂੰ ਐਡਮਿਸ਼ਨ ਹੋਏਗੀ ਉਹ ਦਿੱਤੀ ਜਾਏਗੀ ਜਦੋਂ ਵੀ ਕਾਉਂਸਲਿੰਗ ਹੋਏਗੀ ਸੋ ਦੋਸਤੋ ਇਹਨਾਂ ਨੇ ਕੀ ਕੀਤਾ ਹੈ ਵੀ ਕੀ ਐਤ ਕੀ ਐਗਜ਼ਾਮ ਕੰਡਕਟ ਕਰਵਾ ਰਹੀ ਹੈ ਐਗਜ਼ਾਮ ਤਾਂ ਨਹੀਂ ਕੰਡਕਟ ਕਰਵਾਇਆ ਚਲੋ ਉਹਨਾਂ ਨੇ ਸੋ ਜਿਹੜਾ ਵੀ ਇਹਨਾਂ ਦਾ ਜੁਆਇੰਟ ਬੀਐਡ ਐਡਮਿਸ਼ਨ ਦਾ ਜਿਹੜਾ ਫਾਰਮ ਹੈ ਵੀ ਉਹ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜਾ ਵੀ ਕੰਡਕਟ ਕਰਵਾਇਆ ਜਾ ਰਿਹਾ ਸਿਕਾ ਸੋ ਇਹਨਾਂ ਨੇ ਜਿਹੜੀ ਬੀਐਡ ਦੀ ਫਾਰਮ ਭਰਨ ਦੀ ਜਿਹੜੀ ਡੇਟ ਸੀਗੀ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਸੋ ਮੈਂ ਵੀ ਆ ਵੇਖ ਸਕਦੇ ਹੋ ਤੁਸੀਂ ਵੀ ਜਿਵੇਂ ਕੈਂਡੀਡੇਟ ਰਜਿਸਟ੍ਰੇਸ਼ਨ ਦਾ 20 ਅਕਤੂਬਰ ਤੋਂ ਸਟਾਰਟ ਹੋਈ ਸੀਗੀ ਬਟ ਜਿਹੜੀ ਲਾਸਟ ਡੇਟ ਸੀਗੀ ਕਾਉਂਸਲਿੰਗ ਫੀ ਜਾਂ ਫਿਰ ਨਿਊ ਰਜਿਸਟ੍ਰੇਸ਼ਨ ਦੀ ਫੀਸ ਉਹ ਸੀਗੀ ਫਾਰਮ ਦੀ ਪਹਿਲਾਂ 20 ਨਵੰਬਰ ਸੀ ਤੇ ਹੁਣ ਇਹਨੂੰ 27 ਨਵੰਬਰ ਤੱਕ ਕਰ ਦਿੱਤਾ ਗਿਆ ਹੈ ਸੋ ਦੋਸਤੋ ਵੇਖ ਲਓ ਜੇਕਰ ਕੋਈ ਰਹਿੰਦਾ ਹੋਵੇ ਜਿਨੇ ਬੀਅਡ ਦਾ ਫਾਰਮ ਹਜੇ ਨਹੀਂ ਫਿਲ ਕੀਤਾ ਤੇ ਉਹ ਇੰਟਰਸਟਿਡ ਹੈ ਵੀ ਟੀਚਰ ਬਣਨ ਦੇ ਵਿੱਚ ਸੋ ਇਹੋ ਜਿਹੜਾ ਫਾਰਮ ਹੈ ਉਹ ਜ਼ਰੂਰ ਤੋਂ ਵੀ ਕੰਪਲੀਟ ਕਰ ਲਵੇ ਸੋ ਹੁਣ ਹੁਣ ਟੈਨਸ਼ਨ ਲੈਣ ਦੀ ਨਹੀਂ ਲੋੜ ਵੀ ਮੇਰੇ ਇਹੋ ਜੇ ਬਹੁਤ ਸਾਰੇ ਸਟੂਡੈਂਟ ਨੇ ਵੀ ਜਿਨ੍ਹਾਂ ਦਾ ਰਿਜ਼ਲਟ ਨਹੀਂ ਆਇਆ ਤੇ ਉਹਨਾਂ ਨੂੰ ਵੀ ਟੈਨਸ਼ਨ ਹੋ ਰਹੀ ਸੀਗੀ ਵੀ ਰਿਜ਼ਲਟ ਕਿਉਂ ਨਹੀਂ ਆ ਰਿਹਾ ਠੀਕ ਹੈ ਜੀ ਸੋ ਵੀ ਤੁਸੀਂ ਥੋੜਾ ਹੋਰ ਵੇਟ ਕਰ ਸਕਦੇ ਹੋ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਇਹ ਤੁਹਾਨੂੰ ਧਿਆਨ ਦੇ ਵਿੱਚ ਰੱਖ ਕੇ ਆਈ ਹੋਵੇ ਹੈਲਪਫੁਲ ਲੱਗੀ ਹੋਵੇ ਤੈਨੂੰ ਲਾਇਕ ਜ਼ਰੂਰ ਤੋਂ ਕਰ ਲਿਓ ਜੀ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਤੋਂ ਕਰ ਲਿਓ ਸਵੈਦੇ ਨਾਲ ਜੀ ਥੈਂਕ ਯੂ so much for watching god bless you all